ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦੇ 2021 ਦੇ ਵਿੱਚ ਜੋ ਪੇਪਰ ਹੋਏ ਸੀ ਅੱਜ ਦੀ ਇਸ ਵੀਡੀਓ ਵਿੱਚ ਉਹਨਾਂ ਵਿੱਚੋਂ ਮੈਂ ਇੱਕ ਪੇਪਰ ਲੈ ਕੇ ਆਇਆ ਹਾਂ ਇਹ ਪੇਪਰ 25 ਅਤੇ 26 ਸਤੰਬਰ ਨੂੰ ਹੋਏ ਸੀ ਚਾਰ ਸ਼ਿਫਟਾਂ ਦੇ ਵਿੱਚ ਠੀਕ ਹੈ 25 ਸਤੰਬਰ ਨੂੰ 1 ਅਤੇ 2 ਸ਼ਿਫਟ ਦੇ ਵਿੱਚ ਅਤੇ 26 ਸਤੰਬਰ ਨੂੰ 1 ਤੇ 2 ਸ਼ਿਫਟ ਵਿੱਚ ਐਵੇਂ ਇਹ ਟੋਟਲ ਚਾਰ ਪੇਪਰ ਬਣਦੇ ਆ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਅੱਜ ਜਿਹੜਾ ਇੱਕ ਸੈੱਟ ਹੈ ਇਹਨਾਂ ਵਿੱਚੋਂ ਉਸਦੇ ਜੀਕੇ ਦੇ 35 ਕੁਐਸਚਨ ਕਰਵਾਉਂਗਾ ਕਿਉਂਕਿ ਜੀਕੇ ਦੇ 35 ਕੁਐਸਚਨ ਇਹਨਾਂ ਪੇਪਰਾਂ ਵਿੱਚ ਆਏ ਸੀ ਹਰੇਕ ਸੈੱਟ ਦੇ ਵਿੱਚ ਠੀਕ ਹੈ ਅਤੇ ਮੈਂ ਪਲੇਲਿਸਟ ਬਣਾ ਦਿੱਤੀ ਹੈ ਪੰਜਾਬ ਪੁਲਿਸ 2022 ਦੇ ਨਾਮ ਦੀ ਉਸਦੇ ਵਿੱਚ ਤੁਹਾਨੂੰ ਪੰਜਾਬ ਪੁਲਿਸ ਨਾਲ ਰਿਲੇਟਡ ਸਾਰੀਆਂ ਵੀਡੀਓਜ਼ ਮਿਲਣਗੀਆਂ ਅਤੇ ਮੈਂ ਅਲੱਗ-ਅਲੱਗ ਪਲੇਲਿਸਟਾਂ ਵੀ ਬਣਾ ਦੂੰਗਾ ਠੀਕ ਹੈ ਜਿਵੇਂ ਪੰਜਾਬ ਪੁਲਿਸ ਨਾਲ ਰਿਲੇਟਡ ਜੀਕੇ ਦੇ ਕੁਐਸਚਨਾਂ ਦੀ ਅਲੱਗ ਹੋਗੀ ਕੰਪਿਊਟਰ ਦੇ ਕੁਐਸਚਨਾਂ ਦੀ ਅਲੱਗ ਹੋਗੀ ਉਹ ਵੀ ਮੈਂ ਬਣਾ ਦੂੰਗਾ ਉੱਥੇ ਜਾ ਕੇ ਵੀ ਤੂੰ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ 2022 ਦੇ ਨਾਮ ਦੀਆਂ ਸਾਰੀਆਂ ਪਲੇਲਿਸਟਾਂ ਇਹ ਬਣ ਜਾਣਗੀਆਂ ਠੀਕ ਹੈ ਇਹ ਜੋ ਪੇਪਰ ਹੋਇਆ ਸੀ ਇਹ ਸੀ 100 ਨੰਬਰ ਦਾ ਠੀਕ ਹੈ ਆ ਦੇਖ ਲਓ ਤੁਹਾਡੇ ਸਾਹਮਣੇ ਹੈ 35 ਕੁਐਸਚਨ ਜੀਕੇ ਦੇ ਮੈਥ ਦੇ ਕੁਐਸਚਨ ਵੀ ਤੇ ਰੀਜ਼ਨਿੰਗ ਦੇ 20 ਕੁਐਸਚਨ ਪੰਜਾਬੀ ਅੰਗਰੇਜ਼ੀ ਦੇ 10-10 ਕੁਐਸਚਨ ਅਤੇ ਕੰਪਿਊਟਰ ਦੇ 5 ਕੁਐਸਚਨ ਠੀਕ ਹੈ ਇਸ ਵੀਡੀਓ ਵਿੱਚ ਮੈਂ 35 ਕੁਐਸਚਨ ਤੁਹਾਨੂੰ ਜੀਕੇ ਦੇ ਕਰਵਾਉਂਗਾ ਠੀਕ ਹੈ ਜੇ ਤੁਸੀਂ ਪੇਪਰਾਂ ਦੀ ਤਿਆਰੀ ਫ੍ਰੀ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਜੋ ਆਪਣੇ ਨਾਲ ਵੱਧ ਤੋਂ ਵੱਧ ਕੈਂਡੀਡੇਟਸ ਜੁੜ ਸਕਣ ਅਤੇ ਤੁਹਾਡੀ ਤਿਆਰੀ ਵਧੀਆ ਕਰਵਾ ਸਕੀਏ ਚਲੋ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਫਰਸਟ ਕੁਐਸਚਨ ਆਇਆ ਸੀ ਪੰਜਾਬ ਦੇ ਦੱਖਣ ਪੂਰਬ ਵਿੱਚ ਕੱਗਰ ਦਰਿਆ ਦੁਆਰਾ ਬਣਾਏ ਗਏ ਜੜੋਲੀ ਮੈਦਾਨਾਂ ਨੂੰ ਡੈਸ਼ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ অপਸ਼ਨ ਸੀ ਜਿਹੜੀ ਇਹਨਾਂ ਨੇ ਆਨਸਰ ਕੀ ਦਿੱਤੀ ਸੀ ਉਸ ਦੇ ਆਧਾਰ ਦੇ ਉੱਤੇ ਮੈਂ ਤੁਹਾਨੂੰ ਆਨਸਰ ਦੱਸ ਰਿਹਾ ਹਾਂ ਇੱਕ ਦੋ ਕੁਐਸਚਨ ਦੇ ਵਿੱਚ ਡਾਊਟ ਹੋ ਸਕਦਾ ਹੈ ਜੇ ਕਿਸੇ ਕੁਐਸਚਨ ਦੇ ਵਿੱਚ ਡਾਊਟ ਲੱਗਿਆ ਤਾਂ ਕਮੈਂਟ ਕਰ ਦਿਓ ਠੀਕ ਹੈ ਉਸ ਨੂੰ ਆਪਾਂ ਵੈਰੀਫਾਈ ਕਰ ਲਾਂਗੇ ਨੈਕਸਟ ਕੁਐਸਚਨ ਹੈ ਸੋਡਾ ਵਾਟਰ ਵਿੱਚ ਹੀਟ ਦਿੱਤੇਆਂ ਵਿੱਚੋਂ ਕਿਹੜੀ ਗੈਸ ਹੁੰਦੀ ਹੈ ਕਿਹੜੀ ਗੈਸ ਹੁੰਦੀ ਹੈ ਸੋਡਾ ਵਾਟਰ ਦੇ ਵਿੱਚ ਤੁਸੀਂ ਆਪਣੇ ਮਾਈਂਡ ਦੇ ਵਿੱਚ ਖੁਦ ਵੀ ਸੋਚੋ ਆਨਸਰ ਠੀਕ ਹੈ ਤਾਂ ਜੋ ਤੁਹਾਡੀ ਪ੍ਰੈਕਟਿਸ ਵੀ ਹੋ ਸਕੇ ਇਸ ਦਾ ਸਹੀ ਆਨਸਰ ਹੋ ਜਾਏਗਾ ਕਾਰਬਨ ਡਾਈਆਕਸਾਈਡ ਸੋਡਾ ਵਾਟਰ ਦੇ ਵਿੱਚ ਕਾਰਬਨ ਡਾਈਆਕਸਾਈਡ ਹੁੰਦੀ ਹੈ ਇਹ ਪੇਪਰ ਪੰਜਾਬੀ ਅਤੇ ਇੰਗਲਿਸ਼ ਦੋਨੋਂ ਲੈਂਗੁਏਜ ਦੇ ਵਿੱਚ ਆਇਆ ਸੀ ਇਸ ਵਾਰ ਵੀ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਵਿੱਚ ਆਏਗਾ ਪੇਪਰ ਠੀਕ ਹੈ ਨੈਕਸਟ ਕੁਐਸਚਨ ਆਪਣੇ ਕੋਲ ਸਰਕਾਰ ਦੇ ਪੜ੍ਹਨਾ ਲਿਖਣਾ ਅਭਿਆਨ ਦਾ ਟੀਚਾ ਇਹਨਾਂ ਵਿੱਚੋਂ ਕਿਸ ਨੂੰ ਪ੍ਰਾਪਤ ਕਰਨਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਮੋਡਰਨੀ ਸਾਖਰਤਾ ਆਪਸ਼ਨ ਬੀ ਨੈਕਸਟ ਕੁਐਸਚਨ ਆਪਣੇ ਕੋਲ 1922 ਵਿੱਚ ਅਕਾਲੀ ਦਲ ਦੁਆਰਾ ਪ੍ਰਾਪਤ ਕੀਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਗੁਰੂ ਕਾ ਬਾਗ ਦਾ ਮਹੰਤ ਕੌਣ ਸੀ ਪੰਜਾਬ ਹਿਸਟਰੀ ਦਾ ਇਹ ਕੁਐਸਚਨ ਲਿਆ ਗਿਆ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ A ਮਹੰਤ ਸੁੰਦਰ ਦਾਸ ਠੀਕ ਹੈ ਮਹੰਤ ਸੁੰਦਰ ਦਾਸ ਨੈਕਸਟ ਕੁਐਸਚਨ ਆਪਣੇ ਕੋਲ ਕਿਸ ਗੁਰੂ ਸਾਹਿਬਾਨ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਦਾ ਆਨਸਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਗਲਾ ਕੁਐਸਚਨ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕਿੱਥੇ ਸਥਿਤ ਹੈ ਇਸ ਦਾ ਆਨਸਰ ਵੀ ਹੋ ਜਾਏਗਾ ਆਪਣੇ ਕੋਲ অপਸ਼ਨ ਨੰਬਰ ਸੀ ਪਟਿਆਲਾ ਨੈਕਸਟ ਕੁਐਸਚਨ ਆਪਣੇ ਕੋਲ ਸਿੱਖਾਂ ਦਾ ਕਿਹੜਾ ਤਿਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਹ ਵੀ ਕਾਫੀ ਈਜ਼ਾਨ ਕੁਐਸਚਨ ਹੈ ਇਸ ਦਾ ਸਹੀ ਅਨਸਰ ਹੋ ਜੇਗਾ ਗੁਰਪੁਰਬ ਨੈਕਸਟ ਕੁਐਸਚਨ ਹੈ ਇਹਠ ਲਿਖਿਆ ਵਿੱਚੋਂ ਕਿਹੜਾ ਚੁੰਮਰ ਦਾ ਇੱਕ ਪ੍ਰਕਾਰ ਨਹੀਂ ਹੈ ਇਸ ਦਾ ਸਹੀ ਉੱਤਰ ਹੈ ਮਾਲਵਾ ਚੁੰਮਰ ਪੰਜਾਬੀ ਕਲਚਰ ਨਾਲ ਰਿਲੇਟਡ ਹੈ ਕੁਐਸਚਨ ਹੈ ਠੀਕ ਹੈ ਨੈਕਸਟ ਕੁਐਸਚਨ ਆਪਣੇ ਕੋਲ ਨੌਵਾਂ ਇਹਨਾਂ ਵਿੱਚੋਂ ਕਿਹੜਾ ਕੰਪਿਊਟਰ ਵਿੱਚ ਇਸ ਨੂੰ ਤਾਰ ਯੁਕਤ ਨੈਟਵਰਕ ਨਾਲ ਜੋੜਨ ਲਈ ਬਣਾਇਆ ਗਿਆ ਹੈ ਕੁਐਸਚਨ ਨੰਬਰ 9 ਇਸ ਦਾ ਰਾਈਟ ਆਨਸਰ ਹੈ ਇਥਰਨੈਟ ਪੋਰਟ ਇਥਰਨੈਟ ਜਿਹੜਾ ਪੋਰਟ ਹੈ ਇਹ ਤਾਰ ਯੁਕਤ ਨੈਟਵਰਕ ਨੂੰ ਜੋੜਨ ਲਈ ਬਣਾਇਆ ਜਾਂਦਾ ਹੈ ਨੈਕਸਟ ਕੁਐਸਚਨ ਆਪਣੇ ਕੋਲ ਗਿਮਾਂ ਜਾਂ ਸਪਰੈਡਸ਼ੀਟਾਂ ਵਿੱਚ ਆਮ ਤੌਰ ਤੇ ਕਿਹੜਾ ਕੋਡ ਲੁਕਿਆ ਹੁੰਦਾ ਹੈ ਜੋ ਡਾਟੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਡਾਟੇ ਨੂੰ ਨੁਕਸਾਨ ਕੀ ਪਹੁੰਚਾਉਂਦੇ ਆ ਵਾਇਰਸ ਟ੍ਰੋਜਨ ਹੌਰਸ ਹੋਰਸ ਠੀਕ ਹੈ ਸੋ ਗਿਮਾਂ ਤੇ ਸਪਰੈਡਸ਼ੀਟਾਂ ਵਿੱਚ ਕਿਹੜਾ ਕੋਡ ਲੁਕਿਆ ਹੁੰਦਾ ਹੈ ਟ੍ਰੋਜਨ ਹੌਰਸ ਇਹ ਇਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਹੇਠ ਦਿੱਤਿਆਂ ਵਿੱਚੋਂ ਕਿਹੜਾ ਸਿੱਖ ਧਰਮ ਦਾ ਇੱਕ ਜੋਦਾ ਫਿਕਰਾ ਹੈ ਫਿਰਕਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲ ਨਿਹੰਗ ਆਪਸ਼ਨ ਬੀ ਅਗਲਾ ਕੁਐਸਚਨ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਦਾ ਟੀਕਾ ਮੌਜੂਦ ਨਹੀਂ ਹੈ ਕਿਹੜੀ ਬਿਮਾਰੀ ਦਾ ਟੀਕਾ ਮੌਜੂਦ ਨਹੀਂ ਹੈ ਰਾਈਟ ਆਨਸਰ ਹੋ ਜਾਏਗਾ ਐਚ ਆਈ ਵੀ ਠੀਕ ਹੈ HIV ਦਾ ਟੀਕਾ ਮੌਜੂਦ ਨਹੀਂ ਹੈ। ਨੈਕਸਟ ਸਾਇੰਸ ਦਾ ਕੁਐਸਚਨ ਹੈ ਇਹ ਸੱਜੇ ਹੱਥ ਦੇ ਅੰਗੂਠੇ ਦੇ ਨਿਯਮ ਵਿੱਚ ਅੰਗੂਠਾ ਡੈਸ਼ ਵੱਲ ਇਸ਼ਾਰਾ ਕਰਦਾ ਹੈ। ਰਾਈਟ ਆਨਸਰ ਹੈ ਕਰੰਟ ਦੀ ਦਿਸ਼ਾ। ਸੱਜੇ ਹੱਥ ਦਾ ਜਿਹੜਾ ਅੰਗੂਠੇ ਦਾ ਨਿਯਮ ਹੈ ਅੰਗੂਠਾ ਉਸ ਦੇ ਵਿੱਚ ਕਰੰਟ ਦੀ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਅਗਲਾ ਕੁਐਸਚਨ ਹੈ ਜੇਕਰ ਤੁਸੀਂ ਚਾਰਜ ਸਟੋਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਵਿੱਚੋਂ ਕਿਸ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਦਾ ਸਹੀ ਆਨਸਰ ਹੋ ਜਾਏਗਾ অপਸ਼ਨ a c ਅਗਲਾ ਕੁਐਸਚਨ ਆਪਣੇ ਕੋਲ ਅੱਖ ਦੇ ਕਿਹੜੇ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ ਕਿਹੜੇ ਭਾਗ ਦੇ ਉੱਤੇ ਪ੍ਰਤੀਬਿੰਬ ਬਣਦਾ ਹੈ ਰੇਟੀਨਾ অপশন সি শিখ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਸ ਸਾਲ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਸ ਸਾਲ ਹੋਈ ਸੀ ਇਹ ਦੇਖ ਲਓ ਰਾਜਨੀਤਿਕ ਪਾਰਟੀ ਨਾਲ ਵੀ ਕੁਐਸਚਨ ਆ ਗਿਆ ਠੀਕ ਹੈ ਹੁਣ ਜਿਹੜਾ ਤੁਹਾਡਾ ਪੇਪਰ ਹੋਣਾ ਇਸ ਦੇ ਵਿੱਚ ਵੀ ਰਾਜਨੀਤਿਕ ਨਾਲ ਸੰਬੰਧਿਤ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਕਿਉਂਕਿ ਕਰੰਟ ਅਫੇਅਰ ਦੇ ਵਿੱਚ ਵੀ ਕੁਐਸਚਨ ਇਹ ਆਉਣਗੇ ਜੀਕੇ ਦੇ ਵਿੱਚ ਵੀ ਆ ਸਕਦੇ ਆ ਸੋ ਸਾਰੇ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਏ ਆਂ ਅਤੇ ਹੁਣ ਵੀ ਕਰਵਾ ਦੂੰਗਾ ਜੋ ਵੀ ਬਣਨਗੇ ਰਾਈਟ ਆਨਸਰ ਹੋ ਜਾਏਗਾ 1920 ਦੇ ਵਿੱਚ অপਸ਼ਨ ਸੀ ਨੈਕਸਟ ਕੁਐਸਚਨ ਆਪਣੇ ਕੋਲ ਇਹਨਾਂ ਵਿੱਚੋਂ ਕਿਹੜਾ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਜੂਨੀਅਨ ਦਾ ਹਿੱਸਾ ਨਹੀਂ ਸੀ ਰਾਈਟ ਆਨਸਰ ਆਪਣੇ ਕੋਲ ਪਠਾਨਕੋਟ অপਸ਼ਨ ਡੀ 17ਵਾਂ ਦਾ অপਸ਼ਨ ਡੀ ਰਾਈਟ ਆਨਸਰ ਹੈ ਪੂਰਬੀ ਪੰਜਾਬ ਪ੍ਰਾਂਤ ਦਾ ਨਾਮ ਪੰਜਾਬ ਕਦੋਂ ਰੱਖਿਆ ਗਿਆ ਸੀ ਕਦੋਂ ਰੱਖਿਆ ਗਿਆ ਸੀ 1950 ਦੇ ਵਿੱਚ ਠੀਕ ਹੈ ਇੱਕ ਕੁਐਸ਼ਨ ਹੋਰ ਬਣਦਾ ਹੈ ਕਿ ਅਜੋਕਾ ਪੰਜਾਬ ਕਦੋਂ ਬਣਿਆ 1966 ਦੇ ਵਿੱਚ ਉਸ ਦਾ ਆਨਸਰ ਸਹੀ ਹੋ ਜਾਏਗਾ ਠੀਕ ਹੈ ਪੂਰਬੀ ਪੰਜਾਬ ਦਾ ਨਾਮ ਪੰਜਾਬ ਰੱਖਿਆ ਗਿਆ 1950 ਦੇ ਵਿੱਚ ਰੱਖਿਆ ਗਿਆ ਸੀ ਕਪਤਾਨ ਅਮਰਿੰਦਰ ਸਿੰਘ ਨੂੰ ਭਾਰਤੀ ਸੈਨਾ ਦੀ ਕਿਸ ਰੈਜੀਮੈਂਟ ਵਿੱਚ ਨਿਯੁਕਤ ਕੀਤਾ ਗਿਆ ਸੀ 19ਵਾਂ ਕੁਐਸਚਨ ਹੈ ਇਹ ਰਾਈਟ ਆਨਸਰ ਹੋ ਜਾਏਗਾ ਸਿੱਖ ਰੈਜੀਮੈਂਟ অপਸ਼ਨ ਸੀ ਦੇਖ ਲਓ ਇੱਕ ਫੇਰ ਪੋਲਟੀ ਨਾਲ ਰਿਲੇਟਡ ਜੋ ਪਰਸਨ ਹੈ ਉਹਨਾਂ ਨਾਲ ਰਿਲੇਟਡ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਪੰਜਾਬ ਵਿੱਚ ਰੋਸ਼ਨੀ ਦਾ ਮੇਲਾ ਹਰ ਸਾਲ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਰੋਸ਼ਨੀ ਦਾ ਮੇਲਾ ਲੱਗਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਲੁਧਿਆਣਾ ਲੁਧਿਆਣਾ ਦੇ ਵਿੱਚ ਰੋਸ਼ਨੀ ਦਾ ਮੇਲਾ ਲੱਗਦਾ ਹੈ অপਸ਼ਨ ਬੀ ਅਗਲਾ ਕੁਐਸਚਨ ਹੈ ਕਿਲਾ रायपुर ਸਪੋਰਟਸ ਫੈਸਟੀਵਲ ਦਾ ਦੂਜਾ ਨਾਮ ਕੀ ਹੈ ਸਹੀ ਉੱਤਰ ਹੋ ਜਾਏਗਾ অপਸ਼ਨ ਬੀ ਰੂਰਲ 올림픽ਸ ਪੰਜਾਬ ਵਿੱਚ ਸ਼ਮਸ਼ੀਰ ਖਾਨ ਦਾ ਮਕਬਰ ਮਕਬਰ ਕਿੱਥੇ ਸਥਿਤ ਹੈ ਇਸ ਦਾ ਰਾਈਟ ਆਨਸਰ ਹੋ ਜੇਗਾ ਗੁਰਦਾਸਪੁਰ ਦੇ ਵਿੱਚ ਸ਼ੇਰ ਸ਼ਮਸ਼ੀਰ ਖਾਨ ਦਾ ਮਕਬਰਾ ਗੁਰਦਾਸਪੁਰ ਦੇ ਵਿੱਚ ਹੈ ਅਗਲਾ ਕੁਐਸਚਨ ਹੈ ਫਾਈਬਰ ਆਪਟਿਕ ਕੇਬਲ ਵਿੱਚ ਸਿਗਨਲ ਡੈਸ਼ ਦੇ ਰੂਪ ਵਿੱਚ ਘੁੰਮਦਾ ਹੈ ਫਾਈਬਰ ਆਪਟਿਕ ਕੇਬਲ ਵਿੱਚ ਜਿਹੜਾ ਸਿਗਨਲ ਹੈ ਉਹ ਇਹਨਾਂ ਵਿੱਚੋਂ ਕਿਸ ਦੇ ਰੂਪ ਵਿੱਚ ਘੁੰਮਦਾ ਹੈ ਬਿਜਲੀ ਚੁੰਬਕਤਾ ਧੁਨੀ ਜਾਂ ਫਿਰ ਪ੍ਰਕਾਸ਼ ਰਾਈਟ ਆਨਸਰ ਹੋ ਜਾਏਗਾ ਪ੍ਰਕਾਸ਼ ਦੇ ਰੂਪ ਵਿੱਚ ਸਿਗਨਲ ਘੁੰਮਦਾ ਹੈ ਫਾਈਬਰ ਆਪਟਿਕ ਕੇਬਲ ਦੇ ਵਿੱਚ ਪੰਜਾਬ ਦੇ ਦੱਖਣ ਵਿੱਚ ਕਿਹੜਾ ਰਾਜ ਸਥਿਤ ਹੈ ਰਾਈਟ ਆਨਸਰ ਹੋ ਜਾਏਗਾ ਹਰਿਆਣਾ ਪੰਜਾਬ ਦੇ ਦੱਖਣ ਵਿੱਚ ਹਰਿਆਣਾ ਸਥਿਤ ਹੈ ਪੰਜਾਬ ਦਾ ਕਿਹੜਾ ਸ਼ਹਿਰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੋ ਜੇਗਾ ਚੰਡੀਗੜ੍ਹ ਪਰ ਚੰਡੀਗੜ੍ਹ ਪੰਜਾਬ ਦਾ ਸਿਟੀ ਨਹੀਂ ਹੈ ਪੰਜਾਬ ਦੀ ਇਹ ਕੈਪੀਟਲ ਹੈ ਪੰਜਾਬ ਦੀ ਰਾਜਧਾਨੀ ਹੈ ਠੀਕ ਹੈ ਸਿਟੀ ਬਿਊਟੀਫੁੱਲ ਨਾਮ ਦੇ ਨਾਲ ਚੰਡੀਗੜ੍ਹ ਨੂੰ ਜਾਣਿਆ ਜਾਂਦਾ ਹੈ ਅੱਗੇ ਆ ਕੇ ਪੋਲਟੀ ਨਾਲ ਰਿਲੇਟਡ ਕੁਐਸਚਨ ਭਾਰਤ ਦੇ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ 22 ਭਾਸ਼ਾਵਾਂ ਨੂੰ ਅਧਿਕਾਰਤ ਭਾਸ਼ਾਵਾਂ ਵਜੋਂ ਮਾਨਤਾ ਪ੍ਰਾਪਤ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ C 8ਵੀਂ ਅਨੁਸੂਚੀ ਨੈਕਸਟ ਕੁਐਸਚਨ ਹੈ ਇਹਨਾਂ ਵਿੱਚੋਂ ਕੌਣ ਆਮ ਚੋਣਾਂ ਤੋਂ ਬਾਅਦ ਦੇ ਪਹਿਲੇ ਸੈਸ਼ਨ ਅਤੇ ਹਰ ਸਾਲ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਸਮੇਂ ਲੋਕ ਸਭਾ ਨੂੰ ਸੰਬੋਧਿਤ ਕਰਦਾ ਹੈ। ਇਸ ਦਾ ਰਾਈਟ ਆਨਸਰ ਹੋ ਜਾਏਗਾ ਭਾਰਤ ਦਾ ਰਾਸ਼ਟਰਪਤੀ। ਜਿਵੇਂ ਕਿ ਹੁਣ ਤੁਸੀਂ ਦੇਖਿਆ ਹੀ ਹੋਣਾ ਜੋ ਪੰਜਾਬ ਦੀ ਨਵੀਂ ਸਰਕਾਰ ਬਣੀ ਹੈ ਉਸ ਦੇ ਵਿੱਚ ਪੰਜਾਬ ਦੇ ਜੋ ਰਾਜਪਾਲ ਹਨ ਉਹਨਾਂ ਨੇ ਪਹਿਲੇ ਸੈਸ਼ਨ ਨੂੰ ਸੰਬੋਧਨ ਕੀਤਾ ਸੀ। ਇਸ ਤਰ੍ਹਾਂ ਸੈਂਟਰ ਦੇ ਵਿੱਚ ਜਦੋਂ ਵੀ ਸਰਕਾਰ ਬਣਦੀ ਹੈ ਜਾਂ ਫਿਰ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਉਸ ਨੂੰ ਸੰਬੋਧਨ ਭਾਰਤ ਦੇ ਰਾਸ਼ਟਰਪਤੀ ਕਰਦੇ ਹਨ। ਸੈਂਟਰ ਦੇ ਵਿੱਚ ਰਾਸ਼ਟਰਪਤੀ ਕਰਦੇ ਆਂ ਅਤੇ ਸਟੇਟ ਦੇ ਵਿੱਚ ਰਾਜਪਾਲ ਠੀਕ ਹੈ ਯਾਦ ਰੱਖਿਓ ਇਹ ਕੁਐਸਚਨ ਵੀ ਆ ਸਕਦਾ ਪੇਪਰ ਦੇ ਵਿੱਚ ਅਗਲਾ ਕੁਐਸਚਨ ਆਪਣੇ ਕੋਲ ਦਿੱਲੀ ਕੋਲ ਇੱਕ ਰਾਜ ਦੀਆਂ ਸਾਰੀਆਂ ਵਿਧਾਨਕ ਸ਼ਕਤੀਆਂ ਹਨ ਸਿਵਾਏ ਦਿੱਲੀ ਕੋਲ ਇਹਨਾਂ ਵਿੱਚੋਂ ਕਿਹੜੀ ਸ਼ਕਤੀ ਨਹੀਂ ਹੈ ਕਾਫੀ ਆਸਾਨ ਕੁਐਸਚਨ ਹੈ ਇਹ ਠੀਕ ਹੈ ਤੁਸੀਂ ਨਿਊਜ਼ ਦੇ ਵਿੱਚ ਵੀ ਕਾਫੀ ਵਾਰ ਸੁਣਿਆ ਹੋਣਾ ਕਿ ਦਿੱਲੀ ਪੁਲਿਸ ਹੈ ਜਿਹੜੀ ਅਤੇ ਦਿੱਲੀ ਦੀ ਲੈਂਡ ਆ ਉਹ ਦਿੱਲੀ ਸਰਕਾਰ ਦੇ ਅੰਡਰ ਨਹੀਂ ਆਉਂਦੀ ਜਿਵੇਂ ਪੰਜਾਬ ਦੀ ਪੁਲਿਸ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਆਉਂਦੀ ਹੈ ਠੀਕ ਹੈ ਪਰ ਦਿੱਲੀ ਦੀ ਪੁਲਿਸ ਹੈ ਜਿਹੜੀ ਉਹ ਸੈਂਟਰ ਦੇ ਅੰਡਰ ਆਉਂਦੀ ਹੈ ਭਾਰਤ ਦੇ ਸੰਵਿਧਾਨ ਦੀ ਕਿਹੜੀ ਅਨੁਛੇਦ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੀ رائے ਲੈਣ ਲਈ ਅਧਿਕਾਰਤ ਕਰਦੀ ਹੈ ਅਨੁਛੇਦ 143 অপশন এ সি রাইট আনসার ਹੋ ਜਾਏਗਾ नेक्स्ट क्वेश्चन ਹੈ ਭਾਰਤ ਦੇ ਸੰਵਿਧਾਨ ਦਾ ਕਿਹੜਾ ਵਿਧਾਨ ਸਵੈਦੋਸ਼ ਲਗਾਉਣ ਤੋਂ ਸੁਤੰਤਰ ਸੁਤੰਤਰਤਾ ਦਿੰਦਾ ਹੈ ਇਸ ਦਾ রাইট ਆਨਸਰ ਹੋ ਜਾਏਗਾ ਅਨੁਸ਼ੇਦ 20 অপশন ਬੀ नेक्स्ट क्वेश्चन ਆਪਣੇ ਕੋਲ ਜ਼ਿਲ੍ਹਾ ਯੋਜਨਾ ਕਮੇਟੀ ਵਿੱਚ ਜ਼ਿਲ੍ਹਾ ਪੱਧਰੀ ਪੰਚਾਇਤਾਂ ਦੇ ਚੁਣੇ ਹੋਏ ਮੈਂਬਰਾਂ ਦਾ ਅਨੁਪਾਤ ਕੀ ਹੈ ਸੰਯੁਕਤ ਰਾ ਕੁੱਲ ਸੰਖਿਆ ਦਾ 4/5 ਕੁੱਲ ਸੰਖਿਆ ਦਾ 4/5 অপਸ਼ਨ D অপਸ਼ਨ D ਰਾਈਟ ਆਨਸਰ ਹੋ ਜਾਏਗਾ ਇਸ ਕੁਐਸਚਨ ਦਾ ਆਨਸਰ ਨੈਕਸਟ ਕੁਐਸਚਨ ਆਪਣੇ ਕੋਲ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੇ ਇੱਕ ਪ੍ਰਣਾਲੀ ਨੂੰ ਅੱਗੇ ਵਧਾਇਆ ਹੈ ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਲੋਕਤੰਤਰੀ ਵਿਕੇਂਦਰੀਕਰਨ ਨੈਕਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਦੇ ਹੇਠ ਦਿੱਤੇਆਂ ਵਿੱਚੋਂ ਕਿਸ ਸੰਵਿਧਾਨ ਨੂੰ ਜਰਮਨ ਦੇ ਬੇਮਰ ਸੰਵਿਧਾਨ ਵਿੱਚੋਂ ਲਿਆ ਗਿਆ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ C ਐਮਰਜੈਂਸੀ ਅਤੇ ਮੌਲਿਕ ਅਧਿਕਾਰਾਂ ਦੇ ਇਸ ਦੇ ਪ੍ਰਭਾਵ ਮੂਲਿਕ ਅਧਿਕਾਰਾਂ ਨਾਲ ਸੰਬੰਧਿਤ ਭਾਰਤੀ ਸੰਵਿਧਾਨ ਦੀ ਅਨੁਛੇਦ 22 ਨਾਗਰੀਕਾਂ ਨੂੰ ਡੈਸ਼ ਪ੍ਰਦਾਨ ਕਰਦੀ ਹੈ ਕੀ ਪ੍ਰਦਾਨ ਕਰਦੀ ਹੈ ਇਸ ਦਾ ਸਹੀ ਉੱਤਰ ਹੋ ਜਾਏਗਾ ਕੁਝ ਸਥਿਤੀਆਂ ਵਿੱਚ ਗ੍ਰਿਫਤਾਰੀ ਅਤੇ ਨਜ਼ਰਬੰਦ ਵਿਰੁੱਧ ਸੁਰੱਖਿਆ অপਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਨੈਕਸਟ ਆਪਣੇ ਕੋਲ ਹੇਠ ਦਿੱਤੀਆਂ ਵਿੱਚੋਂ ਕੌਣ ਭਾਰਤੀ ਸੰਵਿਧਾਨ ਦੀ ਅਨੁਛੇਦ 143 ਦੀ ਦੇ ਅਨੁਸਾਰ ਸੁਪਰੀਮ ਕੋਰਟ ਲਈ ਰਾਸ਼ਟਰਪਤੀ ਦੇ ਕਿਸੇ ਵੀ ਸੰਦਰਭ ਵਿੱਚ ਭਾਰਤ ਸਰਕਾਰ ਵੱਲੋਂ ਜਾਹਿਰ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਅਟਾਰਨੀ ਜਰਨਲ অপਸ਼ਨ ਹੈ ਸੀ ਸੋ ਇਹ 35 ਕੁਐਸਚਨ ਸੀ ਠੀਕ ਹੈ ਇੱਕ ਸੈੱਟ ਦੇ ਨੈਕਸਟ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਜੀਕੇ ਦੇ ਸਾਰੇ ਸੈਟਾਂ ਦੇ ਕੁਐਸਚਨ ਕਰਵਾ ਦੇਣੇ ਆ ਉਸ ਤੋਂ ਬਾਅਦ ਇੰਗਲਿਸ਼ ਪੰਜਾਬੀ ਕੰਪਿਊਟਰ ਦੇ ਜੋ ਕੁਐਸਚਨ ਬਣਨਗੇ ਉਹ ਕਰਵਾ ਦੂੰਗਾ ਠੀਕ ਹੈ ਮੈਥ ਅਤੇ ਰੀਜ਼ਨਿੰਗ ਨੂੰ ਸੋਲਵ ਕਰਨਾ ਪੈਣਾ ਜੇ ਹੋ ਸਕੇ ਮੇਰੇ ਕੋਲ ਬੋਰਡ ਦਾ ਅਰੇਂਜਮੈਂਟ ਹੋ ਸਕੇ ਤਾਂ ਮੈਂ ਉਹ ਵੀ ਤੁਹਾਨੂੰ ਕਰਵਾ ਦੂੰਗਾ ਠੀਕ ਹੈ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਟੈਲੀਗ੍ਰam ਸਾਰੇ ਜਣੇ ਜਰੂਰ ਜੁਆਇਨ ਕਰਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਆ ਜਾਂ ਫਿਰ ਸਰਚ ਕਰ ਲਓ ਜੀਕੇ ਫੈਕਟਸ ਟੈਲੀਗ੍ਰam ਦੇ ਉੱਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ